सब्सक्राइब कीजिए हमारा चैनल और दबाएं इस बेल आइकन को ताकि आपको रेगुलर नोटिफिकेशन अपडेट्स मिल सकें। हर कौम दा हुण गुलूकार उठ गया, चंगी चंगी कौम दे बंदे गावन लग गए। एक काम आई मीर आलमा दा, हुण जाट ही शुरू हो गया। कोई कौम दा थिरा जी, कोई सरपाल जी, कोई हरा जी, गावन तो शुरू हो गए। भाई मिरासियां के शुक्र साडे गलू लत्थी ते इनां दे ते पई। कोई कौम दा रोखड़ी है ते कोई कौम दा सियाल है। इंजे गल ना भाई, आए पैसे तो मैं लवण दियो। हाजरी महफिल ये बहुत सर पे साढ़े दोस्त मेहरबान मारो मारा याद इनाम करते हैं, शुक्रिया। सुन गए हर कौम दा ते हर कौम दा खुसरा भी है। ईमान नाल ये नहीं भाई सिर्फ मिरासियां का काम है, मिरासियां दी ते मिरास है, उन्होंने मिरास है चार है ता मिरासी से देते। और कौम एडी भाई ढिली कौम नहीं भाई, जरा तो आदि ताक नहीं पमती मिरास उन्होंने सदेंदे जिन्हें मिरास च काम आ जाए। उत्थ बढ़ गए मिरासी, हूँ मुसली खुश रहो बे, मुसली खुश रहा उद्योग उद्योग मुसली उद्योग खुश रहा तो उद्योग आकड़ी कौम ओनू गाना गावना पा जाए तो उस किवें गावना। पहले ये नूर जान का बड़ा पुराना गाना निकलिया है, तैनू सामने बिठा के शर्मा ते इयो मेरे दिल कर इयो मेरे दिल करदा है। असल गाना जी तैनू सामने बैठा के शर्मा, सामने बिठा के शर्मा बिठक शर्मा के हो मेरा जी करदा। अल्लाह दे बंदे हो मुसली दे हथी है गाना आ गया, मुसली खुश रहे दे हथी। एक कपड़ा दे वे दो मिनट इयो दे यस आए फते मुसली दी आमणी आ वेख। वे तैनो सामने बैठा के शर्म मैंदी वे मेरे पीरा वे तैनी हूँ। वे तैनो सा तैनो सामने बैठा के शर्म मैंदी तैनो चोरी चोरी तक दी फिरा तैनू चोरी चोरी तक दी फिरा तेरे हो मेरा जी करदा। तैनू सा तेरे बाछो तेरे नो मैं लारे लपे लमनी आवे तेरे बाछो तेरे बाछो तेरे नो मैं लारे लपे लमनी ਤੇ ਪਜਦੀ ਨੂੰ ਮੈਂ ਲਾਰੇ ਲਪਲਾਨੀਆਂ ਵੇੜੇ ਵਿੱਚ ਉੱਠ ਕੇ ਬਨੇਰੇ ਉੱਤੇ ਅਮਨੀਆਂ ਵੇੜੇ ਵਿੱਚ ਉੱਠ ਕੇ ਬਨੇਰੇ ਉੱਤੇ ਅਮਨੀਆਂ ਆਚਾ ਪਾਏ ਆ ਮੈਂ ਦਿਲ ਨੂੰ ਉਲਾ ਮੇਦਨੀਆਂ ਉਲਾ खुश बैठे हो या खुश खाले हो दो हाथ दे ताड़ियां। त्राए औरतां बड़ा पुराना लतीफा मैनू फरमाइश ठोकी है ने ते मेरे ज़हन ते रब्बी बढ़ गया। त्राए औरतां जेड़ियां सवाणियां दे विच्चू जमदियां ओ
ਔਰਤਾਂ ਬੜੀ ਮਿਹਰਬਾਨੀ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਇਹ ਜਨਾਬ ਮੁਬਲਕ 100 ਰੁਪਈਆ ਸਾਡੇ ਦੋਸਤ ਮਿਹਰਬਾਨ ਜਨਾਬ ਸਾਹ ਚਾੜ ਗਿਆ ਦੀਆਂ ਹਾਂ ਮਾਰੋ ਬੜਾ ਯਾਦ ਇਨਾਮ ਕਰਤੇ ਸ਼ੁਕਰੀਆ ਕਿਤੇ ਗਿਆ ਸੁਣ ਗਏ ਤਰਾਏ ਔਰਤਾਂ ਆਪਣੇ ਆਪਣੇ ਘਰ ਵਾਲੇ ਦੀ ਹੂਟਿੰਗ ਤੇ ਸ਼ਿਕਾਇਤਾਂ ਨੂੰ ਲੱਗੀਆਂ ਬੈਠੀਆਂ ਤੇ ਰੋਂਦੀਆਂ ਉੱਤੋਂ ਬੈਠੀਆਂ ਹੋਣ ਪਹਿਲੀ ਰੋ ਕੇ ਬਈ ਅੱਖ ਗੱਲ ਸੁਣ ਮਾਂ ਭੈਣ ਜਿਹੜਾ ਮੇਰਾ ਘਰ ਵਾਲਾ ਰਾਤ 11 ਵਜੇ ਲੱਗੇ ਆਇਆ ਤਾਂ ਮੈਨੂੰ ਪਿਆਖੇ ਮੈਨੂੰ ਕੱਪੜੇ ਧੋ ਦੇ ਨਾ ਕੱਪੜੇ ਧੋ ਦੇ ਮੈਂ ਉਹਨੂੰ ਆਖਿਆ ਥੋਰ ਵੇ ਸੂਰ ਦੇ ਸੂਰ ਪਰ ਮਾਂ ਤੂੰ ਦੁਆ ਲਾ ਭੈਣ ਤੂੰ ਦੁਆ ਲਾ ਮੈਂ ਕੋ ਤੇਰੀ ਨੌਕਰ ਲੱਗੀ ਹੋਈ ਮੈਂ ਭੈਣੀ ਇਹ ਗੱਲ ਤਾਂ ਮੈਂ ਕੀਤੀ ਉਹ ਕੱਪੜੇ ਧੋਣ ਵਾਲਾ ਡਟਕਾ ਜੀ ਅਚੇਂਦਾ ਹੈ ਆਏ ਮੇਰੇ ਨੱਕ ਤੇ ਠੋਕਿਆ ਤੂੰ ਸਾਰੀਆਂ ਮੇਰੀਆਂ ਨਾਸਾਂ ਪਾੜ ਛੱਡੀਆਂ ਦੱਸ ਭੈਣੀ ਇੱਥੇ ਕੋਈ ਨੱਕ ਪਾੜਨ ਵਾਲੀ ਗੱਲ ਆਈ ਉਹਨਾਂ ਆਖਿਆ ਕੋਈ ਨਾ ਦੂਈ ਪਈ ਆਖੇ ਤੇਰਾ ਤਾਂ ਮੋੜੀ ਕੋਜ ਵੱਲ ਜਿਹੜਾ ਮੇਰਾ ਘਰ ਵਾਲਾ ਉਹ ਤਾਂ ਪੂਜੂ ਕੁੱਤੇ ਦਾ ਬੱਚਾ ਹੈ ਨਾ ਰਾਤੀ 2:45 ਵਜੇ ਲਗਾਇਆ ਤੇ ਮੈਨੂੰ ਪਿਆਖਿਆ ਮੈਨੂੰ ਚਾਹ ਬਣਾ ਦੇ ਨਾ ਚਾਹ ਬਣਾ ਦੇ ਮੈਂ ਉਹਨੂੰ ਆਖਿਆ ਥੋਰ ਬੇ ਸੂਰ ਦੇ ਸੂਰ ਅੱਧੀ ਰਾਤੀ ਮੈਂ ਗੱਦੇ ਚੋ ਕੇ ਪੀਵਾ ਲਈ ਇਹ ਗੱਲ ਤਾਂ ਮੈਂ ਕੀਤੀ ਦੇਗੜੀ ਲੈਂਦਾ ਜੇ ਚਾਹ ਲਿਆ ਮੇਰੇ ਮੱਥੇ ਠੋਕੀ ਸੁ ਸਾਰਾ ਮੇਰਾ ਮੱਥਾ ਪਾੜ ਛੱਡਿਆ ਦੱਸ ਭੈਣੀ ਇੱਥੇ ਕਾਹ ਮੱਥੇ ਪਾੜਨ ਵਾਲੀ ਗੱਲ ਆਈ ਉਹਨਾਂ ਆਖਿਆ ਕੋਈ ਨਾ ਹੁਣ ਜ਼ਰਾ ਤਰੀ ਦਾ ਅਕਲ ਵਿਖਿਆ ਹੈ ਤਰੀ ਪਈ ਆਖੇ ਤੁਹਾਡੇ ਤਾਂ ਮੋੜੀ ਕੋਚ ਚੰਗੇ ਜਿਹੜਾ ਮੇਰਾ ਘਰ ਵਾਲਾ ਉਹਦਾ ਤਾਂ ਪਿਓ ਦਾ ਹੀ ਪਿਓ ਕੋਈ ਨਾ ਆਈ ਰਾਤੀ ਲਗਾਇਆ 2:30 ਵਜੇ ਪੂਰੇ 2:30 ਵਜੇ ਲਗਾ ਤੇ ਮੈਨੂੰ ਪਿਆ ਆਖੇ ਮੇਰੀ ਰੋਟੀ ਕਿੱਥੇ ਪਈ ਹੈ ਮੈਂ ਪੈਰ ਨਾਲ ਚ ਦੱਸਿਆ ਭਾਈ ਆਓ ਪਈ ਹੈ ਉਹ ਸੂਰ ਦੇ ਸੂਰ ਹੋਆ ਮੇਰੀ ਲਾਤੀ ਚ ਬੰਨੀ ਅੰਦਰ ਤਿਜ਼ਾਬ ਵਾਲੀ ਬੋਤਲ ਪਈ ਆਈ ਕਬੜੀ ਕੇ ਮੂੰਹ ਨੂੰ ਲਾ ਗਿਆ ਉਥਾਈ ਫੜੇਕ ਤੇ ਮਰ ਗਿਆ ਦੱਸ ਭੈਣੀ ਇੱਥੇ ਕੋਈ ਮਰਨ ਵਾਲੀ ਗੱਲ ਆਈ ਕੋਈ ਨਾ ਹਾਜ਼ਰ ਮਹਿਫਿਲ ਜਬਾ 100 ਰੁਪਏ ਸਾਡੇ ਪੀਰ ਬਾਦਸ਼ਾਹ ਦੇ ਅਣਗੇ ਰੁਪਏ ਮੇਰੇ ਮੁਰਸ਼ਦ ਖਾਨਾ ਜਨਾਬ ਇਨਾਮ ਕਰਤੇ ਹੈ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ ਇਹ ਝੋਲੀ 100 ਰੁਪਏ ਇਹ ਸਾਡੇ ਪੀਰਾਂ ਦੇ ਅਣਗੇ ਰੁਪਏ ਮੇਰੇ ਮੁਰਸ਼ਦ ਖਾਨਾ ਇਨਾਮ ਕਰਤੇ ਹੈ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਦੋਂ ਉੱਠੇ ਹੋ ਇਨਾਮ ਕਰਤੇ ਹੈ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ ਇਨਾਮ ਦਿੱਤੇ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ ਇਹ ਝੋਲੀ 100 ਰੁਪਏ ਮੇਰੇ ਮੁਰਸ਼ਦ ਖਾਨਾ ਇਨਾਮ ਕਰਤੇ ਹੈ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ ਜ਼ਿੰਦਾਬਾਦ ਹਾਂ ਕੋਈ ਰੋਵਣ ਵਾਲੀ ਗੱਲ ਹੈ ਵੀ ਕਹੀ ਨਾ ਇਨਾਮ ਕਰਤੇ ਹੈ ਜਨਾਬ ਕਾ ਬਹੁਤ ਬਹੁਤ ਸ਼ੁਕਰੀਆ